ਪਹਿਲਾਂ ਬਲੌਗਰ ਤੇ ਫਿਰ ਲੋਕ ਮਸਲੇ ਹੱਲ ਕਰਾਉਣ ਵਾਸਤੇ ਅਚਾਨਕ ਮਾਨਸਾ ਤੋਂ ਉਭਰੇ ਭਾਨਾ ਸਿੱਧੂ। ਭਾਨਾ ਸਿੱਧੂ ਦੇ ਖਿਲਾਫ 4 ਕੇਸ ਦਰਜ ਕੀਤੇ ਗਏ, ਜਿਹੜੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਇਮੀਗ੍ਰੇਸ਼ਨ ਵਾਲੇ ਲੋਕਾਂ ਨੂੰ ਧਮਕਾਇਆ। ਇਸ ਤੋਂ ਬਾਅਦ ਇਕੱਠ ਹੁੰਦਾ, ਇਕੱਠ ਦੇ ਵਿੱਚ ਸਰਕਾਰ ਭਰੋਸਾ ਦਿੰਦੀ ਕਿ ਇਹਨਾਂ ਨੂੰ 10 ਤਰੀਕ ਤੋਂ ਪਹਿਲਾਂ ਛੱਡ ਦਿੱਤਾ ਜਾਊਗਾ। ਲੇਕਿਨ ਜਿਸ ਦਿਨ ਭਰੋਸਾ ਦਿੱਤਾ ਉਸੇ ਦਿਨ ਭਾਨਾ ਸਿੱਧੂ ਦੇ ਪਿਤਾ, ਉਹਦੀਆਂ ਭੈਣਾਂ ਅਤੇ ਲੱਖਾ ਸਿਧਾਣਾ 'ਤੇ ਕੇਸ ਦਰਜ ਕੀਤਾ ਜਾਂਦਾ। ਲੇਕਿਨ ਅੱਜ ਭਾਨਾ ਸਿੱਧੂ ਦੀ ਮੋਹਾਲੀ ਕੋਰਟ ਦੇ ਵਿੱਚ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਆ। ਮੋਹਾਲੀ ਕੋਰਟ ਵਿੱਚ ਦਲੀਲ ਰੱਖਣਗੇ ਵਕੀਲ ਅਤੇ ਪਟਿਆਲਾ ਜੇਲ੍ਹ ਵਿੱਚ ਬੰਦ ਆ ਭਾਨਾ ਸਿੱਧੂ। ਜੇਲ੍ਹ ਵਿੱਚ ਬੰਦ ਭਾਨਾ ਸਿੱਧੂ, ਜਿਨ੍ਹਾਂ ਦਾ ਪੂਰਾ ਨਾਮ ਜਿਹੜਾ ਕਾਕਾ ਸਿੱਧੂ ਦੇ ਤੌਰ 'ਤੇ ਵੀ ਲੋਕ ਜਾਣਦੇ ਹੈਗੇ ਨੇ, ਉਹਨਾਂ ਵੱਲੋਂ ਜ਼ਮਾਨਤ ਦੇ ਲਈ ਮੋਹਾਲੀ ਅਦਾਲਤ ਦੇ ਵਿੱਚ ਅਰਜ਼ੀ ਦਾਖਲ ਕੀਤੀ ਗਈ ਆ। ਉਸ ਅਰਜ਼ੀ 'ਤੇ ਅੱਜ ਕਿਸੇ ਵੇਲੇ ਵੀ ਸੁਣਵਾਈ ਹੋ ਸਕਦੀ। ਇਸ ਦੌਰਾਨ ਪੁਲਿਸ ਵੱਲੋਂ ਆਪਣਾ ਜਵਾਬ ਵੀ ਦਿੱਤਾ ਜਾਊਗਾ। ਉੱਧਰ ਭਾਨਾ ਸਿੱਧੂ ਦੇ ਵਕੀਲ ਵੀ ਦਲੀਲਾਂ ਲਾਜ਼ਮੀ ਤੌਰ 'ਤੇ ਰੱਖਣਗੇ। ਪੁਲਿਸ ਦੀ ਕੋਸ਼ਿਸ਼ ਰਹੇਗੀ ਕਿ ਮਜ਼ਬੂਤੀ ਨਾਲ ਆਪਣਾ ਪੱਖ ਰੱਖਿਆ ਜਾਵੇ। ਹਾਲਾਂਕਿ ਭਾਨਾ ਸਿੱਧੂ ਮੋਹਾਲੀ ਵਿੱਚ ਦਰਜ ਇਸ ਕੇਸ ਵਿੱਚ ਨਿਆਇਕ ਹਿਰਾਸਤ ਵਿੱਚ ਚੱਲ ਰਹੇ ਨੇ, ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਨੇ। ਉੱਥੇ ਪੁਲਿਸ ਵੱਲੋਂ ਦੁਬਾਰਾ ਉਹਨਾਂ ਨੂੰ ਜਿਹੜਾ ਵਾ ਉਹ 14 ਫਰਵਰੀ ਨੂੰ ਪੇਸ਼ ਕੀਤਾ ਜਾਣਾ ਹੈ। ਵੈਸੇ ਭਾਨਾ ਸਿੱਧੂ 'ਤੇ ਲੁਧਿਆਣਾ, ਪਟਿਆਲਾ ਅਤੇ ਅਬੋਹਰ ਵਿੱਚ ਵੀ ਕੇਸ ਦਰਜ ਨੇ। ਮੋਹਾਲੀ ਵਿੱਚ ਉਸ 'ਤੇ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੂੰ ਧਮਕਾਉਣ ਅਤੇ ਬਲੈਕਮੇਲ ਕਰਨ ਦੇ ਦੋਸ਼ਾਂ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਗਿਆ ਸੀ। ਇਸ ਮਾਮਲੇ ਵਿੱਚ ਭਾਨਾ ਸਿੱਧੂ ਦਾ ਆਪਣਾ ਭਰਾ ਅਮਨਾ ਸਿੱਧੂ ਨੂੰ ਵੀ ਪੁਲਿਸ ਨੇ ਦੋਸ਼ੀ ਬਣਾਇਆ ਗਿਆ। ਇਹ ਮਾਮਲਾ ਮੋਹਾਲੀ ਦੇ ਫੇਸ 1 ਪੁਲਿਸ ਸਟੇਸ਼ਨ ਵਿੱਚ ਦਰਜ ਹੈ। ਕਿੰਦਰਬੀਰ ਸਿੰਘ ਵਿਦੇਸ਼ਾ, ਜਿਹੜੇ ਸੰਗਰੂਰ ਦੇ ਨਿਵਾਸੀ, ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਫੇਸ 5 ਵਿੱਚ ਹਾਈ ਰਾਈਜ ਇਮੀਗ੍ਰੇਸ਼ਨ ਕੰਸਲਟੈਂਟ ਕੰਪਨੀ ਆ, ਉਹਨਾਂ ਨੂੰ ਕਈ ਤਰ੍ਹਾਂ ਦੇ ਉਹਨਾਂ ਨੇ ਸ਼ਿਕਾਇਤ 'ਚ ਦੋਸ਼ ਲਗਾਏ। ਇਸ ਤੋਂ ਬਾਅਦ ਭਾਨਾ ਸਿੱਧੂ ਅਤੇ ਉਹਦੇ ਭਰਾ ਅਮਨਾ ਸਿੱਧੂ ਦੇ ਖਿਲਾਫ IPC ਧਾਰਾ 294 387 ਦੇ ਤਹਿਤ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਸੀ, ਅਤੇ ਨਾਲ ਦੇ ਨਾਲ ਇਹ ਵੀ ਕਿਹਾ ਸੀ ਕਿ ਉਹਨਾਂ ਵੱਲੋਂ ਧਮਕਾਇਆ ਗਿਆ। ਲਗਾਤਾਰ ਭਾਨਾ ਸਿੱਧੂ ਨੂੰ ਲੈ ਕੇ ਵਿਰੋਧੀਆਂ ਨੇ ਵੀ ਸਰਕਾਰ ਨੂੰ ਘੇਰਿਆ, ਜਦੋਂ ਭਾਨਾ ਸਿੱਧੂ ਦੀਆਂ ਭੈਣਾਂ ਦੇ ਖਿਲਾਫ ਵੀ ਮੁਕੱਦਮਾ ਦਰਜ ਕੀਤਾ ਗਿਆ ਸੀ। ਸਵਾਲ ਹੈ ਕਿ ਇਮੀਗ੍ਰੇਸ਼ਨ ਵਾਲੇ ਲੋਕਾਂ ਨੂੰ ਲੁੱਟਦੇ ਨੇ, ਲੋਕਾਂ ਨੂੰ ਬਾਅਦ 'ਚ ਪੈਸੇ ਵਾਪਸ ਨਹੀਂ ਕਰਦੇ। ਭਾਨਾ ਸਿੱਧੂ ਪੈਸੇ ਕਢਵਾਉਣ ਵਾਸਤੇ ਆਪਣਾ ਇੱਕ ਨਵਾਂ ਰਾਹ ਅਪਣਾ ਕੇ ਬੈਠੇ ਸੀ, ਲੇਕਿਨ ਇਮੀਗ੍ਰੇਸ਼ਨ ਵਾਲੇ ਇਕੱਠੇ ਹੋ ਗਏ। ਫਿਰ ਇੱਕ ਤੋਂ ਬਾਅਦ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਦਰਜ ਹੋਈਆਂ। ਫਿਰ ਭਾਨਾ ਸਿੱਧੂ ਦੇ ਪਿੰਡ ਕੋਟਦੂਨੇ ਵਿੱਚ ਵੱਡੇ ਗਿਣਤੀ ਵਿੱਚ ਲੋਕ ਇਕੱਠ ਹੁੰਦੇ ਨੇ। ਉਸ ਤੋਂ ਬਾਅਦ ਲੋਕਾਂ ਦੇ ਖਿਲਾਫ ਪੁਲਿਸ ਜਿਹੜੇ 15 ਜਾਣਿਆਂ ਦੇ ਖਿਲਾਫ ਬਾਈ ਨੇਮ, ਬਾਕੀ 200-300 ਦੇ ਖਿਲਾਫ ਅਣਪਛਾਤੇ ਵਿਅਕਤੀ ਕਹਿ ਕੇ ਬਰਨਾਲਾ ਪੁਲਿਸ ਮੁਕੱਦਮਾ ਦਰਜ ਕਰ ਦਿੰਦੀ ਹੈ। 3 ਤਰੀਕ ਨੂੰ ਜਿੱਦਣ ਸਰਕਾਰ ਅਤੇ ਧਰਨਾਕਾਰੀਆਂ ਦੇ ਵਿਚਕਾਰ ਸਮਝੌਤਾ ਹੁੰਦਾ, ਉਹਦੇ 'ਚ ਪੰਜਾਬ ਪੁਲਿਸ ਵੱਲੋਂ 3-3 DGP ਰੈਂਕ ਦੇ ਅਧਿਕਾਰੀ ਪਹੁੰਚਦੇ, ਇਸ ਤੋਂ ਇਲਾਵਾ ਛੋਟੇ ਮੁਲਾਜ਼ਮ ਅਣਗਿਣਤ ਸੀ। ਬਾਅਦ 'ਚ ਇੱਕ ਸ਼ਿਕਾਇਤ, ਇੱਕ CAI ਇੰਸਪੈਕਟਰ ਦੇ ਸ਼ਿਕਾਇਤ 'ਤੇ ਮੁਕੱਦਮਾ ਦਰਜ ਕੀਤਾ ਜਾਂਦਾ ਕਿ ਉਸ ਮੁਕੱਦਮੇ ਵਿੱਚ ਭਾਨਾ ਸਿੱਧੂ ਜਿਹੜੇ ਜੇਲ੍ਹ ਵਿੱਚ ਬੰਦ ਸਨ, ਉਹਦੇ ਪਿਤਾ, ਉਹਨਾਂ ਦੀਆਂ ਭੈਣਾਂ, ਪਿੰਡ ਦੇ ਸਰਪੰਚ ਅਤੇ ਲੱਖਾ ਸਿਧਾਣਾ ਸਮੇਤ ਕਈ ਲੋਕਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਲੋਕਾਂ ਦਾ ਜਿਹੜਾ ਰੋਹ ਹੋਰ ਭੜਕ ਜਾਂਦਾ ਕਿ ਆਖਰ ਸਰਕਾਰ ਅਤੇ ਪੁਲਿਸ ਕੀ ਕਰ ਰਹੀ ਹੈ। ਜਦ ਭਾਨਾ ਸਿੱਧੂ ਦੀਆਂ ਭੈਣਾਂ 'ਤੇ ਮੁਕੱਦਮਾ ਦਰਜ ਕੀਤਾ ਜਾਂਦਾ, ਤਾਂ ਫਿਰ ਬਰਨਾਲਾ ਪੁਲਿਸ ਖਾਨਾ ਪੂਰਤੀ ਵਾਸਤੇ SHO ਜਿਹੜਾ ਧਨੌਲਾ ਸੀ, ਨਿਰਮਲਜੀਤ ਸਿੰਘ, ਉਹਨਾਂ ਨੂੰ ਬਦਲ ਦਿੰਦੇ ਨੇ। ਉਹਨਾਂ ਨੂੰ ਬਦਲ ਕੇ ਉਹਨਾਂ ਨੂੰ ਬਰਨਾਲਾ ਸਿਟੀ ਵਿੱਚ ਲਗਾਇਆ ਜਾਂਦਾ। ਬੀਤੇ ਦਿਨ ਵੀ ਭਾਨਾ ਸਿੱਧੂ ਨੂੰ ਲੈ ਕੇ ਲੱਖਾ ਸਿਧਾਣਾ, ਰੁਲ ਸਿੰਘ ਮਾਨਸਾ,
ਸਮੇਤ ਕਈ ਕਿਸਾਨ ਜਥੇਬੰਦੀਆਂ ਦੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਆ। ਹਾਲਾਂਕਿ ਜਿਹੜਾ 3 ਤਰੀਕ ਨੂੰ ਭਰੋਸਾ ਦਿੱਤਾ ਸੀ ਉਹਦੇ ਸੀ ਕਿ 10 ਤਰੀਕ ਤੋਂ ਪਹਿਲਾਂ ਛੱਡ ਦਿੱਤਾ ਜਾਊਗਾ, ਲੇਕਿਨ ਫਿਲਹਾਲ ਛੱਡਿਆ ਨਹੀਂ ਗਿਆ। ਲੇਕਿਨ ਅੱਜ ਦੇ ਕੇ ਜਿਹੜੇ ਮੋਹਾਲੀ ਕੇਸ ਲੱਗਾ ਹੋਇਆ ਅਦਾਲਤ ਵਿੱਚ ਜ਼ਮਾਨਤ ਲਈ, ਕਿ ਅੱਜ ਭਾਨਾ ਸਿੱਧੂ ਨੂੰ ਜ਼ਮਾਨਤ ਮਿਲੇਗੀ। ਜੇ ਭਾਨਾ ਸਿੱਧੂ ਨੂੰ ਮੋਹਾਲੀ 'ਚ ਜ਼ਮਾਨਤ ਮਿਲਦੀ ਹੈ ਤਾਂ ਕੀ ਉਸ ਤੋਂ ਬਾਅਦ ਲੁਧਿਆਣਾ, ਅਬੋਹਰ ਅਤੇ ਪਟਿਆਲਾ ਵਿੱਚ ਦਰਜ ਕੀਤੇ ਗਏ ਕੇਸਾਂ ਦੇ ਤਹਿਤ ਵੀ ਉਹਨੂੰ ਜ਼ਮਾਨਤ ਮਿਲੇਗੀ ਜਾਂ ਨਹੀਂ ਮਿਲੇਗੀ? ਲੇਕਿਨ ਭਾਨਾ ਸਿੱਧੂ ਦਾ ਜਿਹੜਾ ਮੁੱਦਾ ਵਾ ਉਹ ਪੰਜਾਬ ਸਰਕਾਰ ਲਈ ਕਾਫੀ ਮਹਿੰਗਾ ਪੈਣ ਦੀ ਸੰਭਾਵਨਾ ਵੀ ਦਿਖਾਈ ਦੇ ਰਹੀ ਹੈ, ਖਾਸ ਕਰਕੇ ਬਠਿੰਡਾ, ਮਾਨਸਾ ਅਤੇ ਬਰਨਾਲਾ ਬੈਲਟ 'ਚੋਂ। ਅਤੇ ਸ਼ਾਇਦ ਇਸੇ ਕਰਕੇ ਹੁਣ ਸਰਕਾਰ ਅਤੇ ਪੁਲਿਸ ਲੋਕਾਂ ਦਾ ਇਕੱਠ ਜਿਹੜਾ ਹੋਇਆ ਸੀ ਉਸ ਇਕੱਠ ਦੇ ਚੱਲਦਿਆਂ ਸਰਕਾਰ ਵੀ ਦਬਾਅ ਹੇਠ ਆਈ ਹੈ। ਪਰ ਫਿਲਹਾਲ ਮੋਹਾਲੀ ਕੋਰਟ ਦਾ, ਮੋਹਾਲੀ ਕੋਰਟ ਤੋਂ ਕੀ ਭਾਨਾ ਸਿੱਧੂ ਨੂੰ ਜ਼ਮਾਨਤ ਮਿਲਦੀ ਜਾਂ ਫਿਰ ਨਹੀਂ। ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।